हेलो गाइस, वेलकम टू माय ऑफिशियल दीपक भाई। आज असी किन्ना चिर बाद ब्लॉग बनाए हैं तो इस ब्लॉग में सारे जने सपोर्ट करो। तो अज साडे रविदा चौंक से सिद्धू के पापा ने आना सी, तो असी गए भी हाँ, मिल के भी आए हैं उन्होंने। तो काफ़ी अच्छा लैक्चर सीगा इन्हां दा, तो मैं तुहानू अपलोड करन लगा वीडियो। तुसीं शेयर तो लाइक कमेंट जरूर करना है, तो नाल ही नाल साडे चैनल सबसक्राइब करो ताकि आने वाले वीडियो तुहाडे कोल आ जाए, नाल नोटिफिकेशन जरूर ऑन करना है। थैंक यू। खड़ जाओ, आयो ए ओए, खड़ जाओ। उतर गए सारे, एम्बुलेंस जो रोहिणा थोड़ा आप यूट्यूब से पानी है। बहुत छेती आयो पिछों गड्डियां रोक दो, वीर बन के जाम ना लाओ, जाम खोल दो। आ जड़ियां पिछे दो गड्डियां ने, इन्हां पिछे करा दो तां जो जाम खुल जाए। गड्डियां बिल्ले दो गड्डियां खोल दो, दो गड्डियां ना जाम खुल दो। सब तो पहला माफी चाहते हैं, जिहड़ा जाम लगे असीं सब तो पहला थोड़े सारा तो थोड़े चरणां च बेनती करते थोड़ा जिहा सहयोग दिओ। पांच मिनट लावांगे आपां, वध समां नहीं लाउणा। जिहड़ियां गड्डियां विच लगियां इन्हां नूं बेनती है वीर बन के गड्डियां कढ लो तां जो कि जाम खुल जाए। दो गड्डियां विच लगियां, दो गड्डियां करके जाम है, ते दोनों गड्डियां नूं अगे करवा दो। तुहानूं पता ही होणा इलैक्शन दा दौर है, इलैक्शन दे विच लीडर वोटा मंगन आउंदे आ, पर सरकार ने साडी मजबूरी बना दी। असी इंसाफ की जिहड़ी लड़ाई है, सिद्धू का जिहड़ा इंसाफ है, इंसाफ लैण दे लई असी ये जिहड़ा दंगल चल रहा चोणां दा दंगल है, इहदे विच आए हैं लोगों को दसण भी आम आदमी पार्टी ने सरकार ने
ਸਾਡੇ ਨਾਲ ਕੀ ਕੀਤਾ ਕਿਉਂ ਅਸੀਂ ਇੱਥੇ ਆਏ ਆ ਉਹਦੇ ਬਾਰੇ ਬਲਕੌਰ ਸਿੰਘ ਜੀ ਤੁਹਾਡੇ ਨਾਲ ਗੱਲਾਂ ਕਰਨਗੇ। ਪਰ ਸਾਡਾ ਇੱਥੇ ਆਉਣ ਦਾ ਕੋਈ ਮਕਸਦ ਬੜਾ ਵੱਡਾ ਨਹੀਂ ਸੀ ਜੇ ਸਰਕਾਰ ਲਲੇਕੀਆਂ ਨਾ ਕਰਦੀ। ਇੰਨਾ ਦੋਸ਼ੀਆਂ ਨੇ ਕਤਲ ਕੀਤਾ ਉਹਨਾਂ ਨੇ ਤਾਂ ਕੀਤਾ ਹੀ ਕੀਤਾ, ਪਰ ਉਹਦੇ ਉੱਤੇ ਬਰੰਟ ਦੇ ਉੱਤੇ ਕਤਲ ਕਰਨ ਦੇ ਬਰੰਟ ਦੇ ਉੱਤੇ ਸਭ ਤੋਂ ਪਹਿਲਾਂ ਸੈਨ ਆਮ ਆਦਮੀ ਪਾਰਟੀ ਦੇ ਬਲਤੇਜ ਪੰਨੂ ਵਰਗਿਆਂ ਨੇ ਲਿਖਿਆ। ਬਲਤੇਜ ਪੰਨੂ ਨੇ 28 ਤਰੀਕ ਨੂੰ ਮੀਡੀਆ ਦੇ ਵਿੱਚ ਮੈਂਸ਼ਨ ਕਰਤਾ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜਿਹੜੀ ਹੈ ਉਹ ਘਟਾਤੀ ਹੈ, ਜਿਹਦੇ ਕਰਕੇ ਉਹਨਾਂ ਦੋਸ਼ੀਆਂ ਨੂੰ ਮੌਕਾ ਮਿਲ ਗਿਆ ਵੀ ਅਸੀਂ ਸਿੱਧੂ ਕੱਲਾ ਅਸੀਂ ਉਹਨੂੰ ਮਾਰ ਸਕਦੇ ਹਾਂ। ਸਭ ਤੋਂ ਵੱਡਾ ਕਾਰਨ ਜਿਹੜਾ ਬਣਿਆ ਉਹ ਆਮ ਆਦਮੀ ਪਾਰਟੀ ਦੀ ਆ ਭੰਡਾਂ ਦੀ ਸਰਕਾਰ ਨੇ ਇੱਕ ਟਿੱਬਿਆਂ ਦਾ ਪੁੱਤ ਸੀ ਜਿਹੜਾ ਸਾਡਾ ਸਿੱਧੂ ਉਹ ਸਾਡੇ ਤੋਂ ਖੋਹ ਲਿਆ। ਸਾਡੇ ਕੋਲੇ ਚਾਰਾ ਨਹੀਂ ਕੋਈ ਬਚਿਆ। ਜਦੋਂ ਸਰਕਾਰ ਆਪਦੇ ਲਾਰਿਆਂ ਦੇ ਉੱਤੇ ਸਾਡੇ ਤੋਂ ਟਾਈਮ ਲੈ ਲੈ ਕੇ ਕਦੇ 20 ਦਿਨ ਦਾ ਲੈ ਲਿਆ, ਕਦੇ ਮਹੀਨੇ ਦਾ ਲੈ ਲਿਆ, ਕਦੇ ਡੇਢ ਮਹੀਨੇ ਦਾ ਲੈ ਲਿਆ, ਪਰ ਗੱਲ ਨਹੀਂ ਕੀਤੀ, ਸਿਰਫ ਲਮਕਾਈ ਗਏ ਆ, ਲਮਕਾਈ ਗਏ ਆ। ਉਹ ਲੋਕਾਂ ਨੂੰ ਦੱਸਣ ਵਾਸਤੇ ਅਸੀਂ ਤੁਹਾਡੇ ਕੋਲੇ ਪਹੁੰਚੇ ਆ। ਜਾਮ ਲੱਗਿਆ ਹੋਇਆ ਇਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ। ਮੈਂ ਬਾਪੂ ਜੀ ਨੂੰ ਬੇਨਤੀ ਕਰਦਾ ਵੀ ਉਹ ਆ ਜਾਣ 2 ਮਿੰਟ ਦੇ ਲਈ, ਕਿਉਂਕਿ ਜਾਮ ਹੈ। ਬਹੁਤ ਬਹੁਤ ਮਿਹਰਬਾਨੀ। ਜਾਮ ਲੱਗਿਆ ਪਿਆ, ਆਪਾਂ ਸੰਖੇਪ ਦੀਆਂ ਚਾਰ ਗੱਲਾਂ ਕਰਾਂਗੇ। ਮੈਂ ਤੁਹਾਡੇ ਦਰਮਿਆਨ ਪਹੁੰਚਿਆ, ਮੇਰੇ ਆਉਣ ਦਾ ਮੇਨ ਪਰਪਸ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ। ਆਪਾਂ ਇੱਕ ਸਾਲ ਦੇ ਵਿੱਚੋਂ ਜੋ ਜਸਟਿਸ ਦੀ ਗੁਹਾਰ ਸੁਣੇ ਸਰਕਾਰ ਦੇ ਕੰਨਾਂ ਤੱਕ ਜੋ ਨਹੀਂ ਸਕਦੀ ਹਲੇ ਤੱਕ, ਵੱਖ ਵੱਖ ਤਰ੍ਹਾਂ ਦੇ ਲਾਰੇ ਲਾ ਕੇ ਆਪਾਂ ਨੂੰ ਪੂਰਾ ਸਾਥ ਦਿੰਦਾ। ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਇਸ ਕਰਕੇ ਕਰਨਾ ਹੈ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਜਵਾਬ ਰਾਜਨੀਤੀ ਦੇ ਰਸਤੇ ਜ਼ਿਆਦਾ ਬਿਹਤਰ ਦਿੱਤਾ ਜਾਂਦਾ, ਕਿਉਂਕਿ ਇਹ ਲੋਕ ਇਹ ਸਰਕਾਰ ਦਾ ਤਾਂ ਮੈਂ ਦੇਖਿਆ ਹਿਸਾਬ ਕਿਤਾਬ ਇਹ ਕਰਦੇ ਭੀੜ ਤੋਂ ਹੈ। ਇਹ ਸਹੀ ਗੱਲ ਜਾਂ ਸੱਚੀ ਗੱਲ ਸੁਣ ਕੇ ਰਾਜ਼ੀ ਨਹੀਂ ਹੈ। 15 ਦਿਨ ਜਿਹੜੇ ਕਾਤਲ ਹੈ ਉਹ ਅਸਲੇ ਨੇ ਗੱਡੀਆਂ ਭਰ ਕੇ ਮੇਰੇ ਘਰ ਦੇ ਆਸੇ ਪਾਸੇ ਤੁਰਦੇ ਫਿਰਦੇ ਰਹੇ। ਫਿਰ ਇਹਨਾਂ ਦੇ ਜਿਹੜੇ ਜ਼ਿੰਮੇਵਾਰ MLAs ਨੇ ਉਹ ਕਹਿੰਦੇ ਆ ਸਰਕਾਰ ਕੀ ਕਰ ਸਕਦੀ ਹੈ, ਮੈਂ ਸੰਖੇਪ ਦੀਆਂ ਗੱਲਾਂ ਦੋ ਤਰੀਕ ਤੁਹਾਨੂੰ ਦੱਸਣੀਆਂ ਨੇ ਵੀ ਮੈਂ ਵਿਰੋਧ ਕਿਉਂ ਕਰਦਾ। ਮੈਂ ਵਿਰੋਧ ਕਰਦਾ ਕੇਵਲ ਸਰਕਾਰ ਦਾ, ਕਿਉਂਕਿ ਸਰਕਾਰ ਹਰ ਮੁੱਦੇ ਦੇ ਉੱਤੇ ਨਾਕਾਮ ਰਹੀ ਹੈ, ਖਾਸ ਕਰਕੇ ਕਤਲਾਂ ਦੇ ਮਾਮਲੇ ਦੇ ਵਿੱਚ। ਤੁਹਾਡੇ ਇਲਾਕੇ ਨਾਲ ਸੰਬੰਧ ਰੱਖਣ ਵਾਲੇ ਟਿੰਮੀ ਚਾਵਲਾ, ਗੁਰਜੰਤ ਤਰਨ ਤਾਰਨ, ਸੰਦੀਪ ਨੰਗਲੰਬੀਆਂ, ਸ਼ੁਭਦੀਪ ਸਿੱਧੂ, ਦੀਪ ਸਿੱਧੂ, ਇਹਨਾਂ ਦਾ ਕੀ ਕਸੂਰ ਸੀ ਯਾਰ? ਮੇਰੀ ਗੱਲ ਦੱਸੋ, ਜਿਹੜਾ ਬੰਦਾ ਸਿਰ ਚੱਕ ਕੇ ਧੌਣ ਨੂੰ ਉੱਚੀ ਕਰਕੇ ਜਿਉਣ ਦੀ ਕੋਸ਼ਿਸ਼ ਕਰਦਾ ਉਸੇ ਬੰਦੇ ਨੂੰ ਮਾਰ ਦਿੱਤਾ ਯਾਰ। ਮੈਂ ਰਾਤ ਸੰਦੀਪ ਦੇ ਪਰਿਵਾਰ ਦੀ ਇੰਟਰਵਿਊ ਸੁਣੀ, ਮੈਨੂੰ ਐਂ ਲੱਗਿਆ ਉਹਨਾਂ ਦਾ ਦੁੱਖ ਵੀ ਮੇਰੇ ਵਰਗਾ ਹੀ ਹੈ। ਉਹਨਾਂ ਦਾ ਜਵਾਕ ਵੀ ਗਲਤੀ ਨਾਲ ਜ਼ਿਆਦਾ ਕਾਮਯਾਬ ਹੋ ਗਿਆ, ਉਹਨੇ ਆਪਣਾ ਅਦਾਰਾ ਖੜਾ ਕਰ ਲਿਆ, ਚੰਗੀਆਂ ਚੰਗੀਆਂ ਟੀਮਾਂ ਖੜਾਉਣ ਲੱਗ ਗਿਆ, ਨਸ਼ਾ ਰਹਿਤ ਕਰਨ ਵਾਲੇ ਪਾਸੇ ਤੁਰ ਪਿਆ। ਪਰ ਇੰਨੀਆਂ ਚੰਗੀਆਂ ਗੱਲਾਂ ਨੂੰ ਜ਼ਮਾਨਾ ਕਿੱਥੇ ਚੱਲਦਾ? ਪਰ ਜਿਹੜੇ ਉਹਦੇ ਵਿਰੋਧੀ ਸੀ, ਜਿਹੜੇ ਵਿਹਲੇ ਹੋ ਕੇ ਬਹਿ ਗਏ, ਉਹਨਾਂ ਨੂੰ ਲੱਗਿਆ ਇਹ ਮੁੰਡੇ ਨੇ ਆਪਾਂ ਨੂੰ ਚੱਲਣ ਨਹੀਂ ਦੇਣਾ, ਇਹਨੂੰ ਲਾਂਭੇ ਕਰ ਦਿੱਤਾ ਗਿਆ। ਫਿਰ ਇਸੇ ਤਰ੍ਹਾਂ ਦੀਆਂ ਗਲਤੀਆਂ ਮੇਰੇ ਬੱਚੇ ਨੇ ਕੀਤੀਆਂ। ਇੱਕ 4-5 ਕਿੱਲਿਆਂ ਵਾਲੇ ਜ਼ਿਮੀਂਦਾਰ ਦੇ ਘਰੋਂ ਉੱਠ ਕੇ 2 ਕਮਰਿਆਂ ਦੇ ਮਕਾਨ 'ਚ ਪਰਵਰਿਸ਼ ਹੋਈ ਉਹਦੀ ਸਾਰੀ, ਵਿਦੇਸ਼ ਗਿਆ, ਕਾਮਯਾਬ ਹੋਇਆ, ਆਪੇ ਲਿਖਣ ਲੱਗ ਗਿਆ। ਉਹਨੇ ਗੈਰਤ ਦੀ ਗੱਲ ਕੀਤੀ, ਪੱਗ ਦੀ ਗੱਲ ਕੀਤੀ, ਇਹਨਾਂ ਦੇ ਵੀ ਨਿਗਾਹ ਦੇ ਵਿੱਚ ਚੁਭਿਆ। ਉਹਨੇ ਲਿਖਿਆ ਵੱਡਾ ਸੋਚ ਤੂੰ ਵੱਡਾ, ਛੋਟੀ ਨੀਤ ਵਾਲਿਆ, ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਤੂੰ ਟੋਪੀ ਵਾਲਿਆ। SYL ਦੇ ਮੁੱਦੇ ਦੇ ਉੱਤੇ
उन्हें विभागी दे नाल आप दे खेते दी गल कीती, आप दे पानिया दी गल कीती, उन्हें क्लियर गल कही पानी दा की है, पानी दा पुला दे थला लगना प्यार दा लालो लख भावे पर थले दी लगना यो जे चपेड़ा वर्गे जेडे उन्हें बोल सी हाकमां नूं चुभदे सी होना उही कुछ नहीं बदनी नहीं रेंज ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ ਜਿੰਦਾਬਾਦ ਜਿੰਦਾਬਾਦ ਉਹਦੀ ਕਲਮ ਨੇ ਇਹੋ ਜਿਹੀ ਅੰਗੜਾਈ ਲਈ ਸੀ ਉਹ ਮੁੱਦੇ ਇਹਨਾਂ ਦੇ ਮੂੰਹ ਦੇ ਉੱਤੇ ਧੌ ਧੌ ਕੇ ਮਾਰੇ ਸਾਰਿਆਂ ਨੂੰ ਲੱਗਿਆ ਦਿੱਲੀ ਤੋਂ ਉਹਦੀ ਇਨਫੋਰਮੇਸ਼ਨ ਮਿਲੀ ਵੀ ਸਿੱਧੂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ ਔਰ ਇਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਮਾਰ ਦੇਣਗੇ ਬਹੁਤ ਵੱਡਾ ਟ੍ਰੈਪ ਲੱਗਿਆ ਹੋਇਆ ਇਹਦੇ ਉੱਤੇ ਪਰੰਤੂ ਸਾਨੂੰ ਕਿਸੇ ਨੇ ਨਹੀਂ ਦੱਸਿਆ ਇੱਕ ਬੰਦੇ ਨੂੰ ਹੋਰ ਮਿਲੀ ਸੀ ਉਹਦੇ ਲਈ ਸੁਨੇਹਾ ਪਹੁੰਚ ਜਾਂਦਾ ਪਰ ਸਾਨੂੰ ਨਹੀਂ ਦੱਸਿਆ ਕਿਉਂਕਿ ਮੈਂ ਇੱਕ ਆਮ ਵਿਅਕਤੀ ਸੀ ਮੈਂ ਇੱਕ ਛੋਟਾ ਬੰਦਾ ਸੀ ਔਰ ਮੇਰੇ ਕੋਲ ਐਡਾ ਵੱਡਾ ਸਟਾਰ ਉਹਨਾਂ ਤੋਂ ਨਹੀਂ ਚੱਲਿਆ ਗਿਆ ਤਾਂ ਬੜੀ ਬੇਰਹਿਮੀ ਦੇ ਨਾਲ ਮੇਰਾ ਫੱਕਰ ਪੁੱਤ ਜਿਹੜਾ ਕੈਂਸਰ ਦੀਆਂ ਗੱਲਾਂ ਕਰਦਾ ਸੀ ਜਿਹੜਾ ਸਟੇਸ਼ਨ 'ਤੇ ਜਾ ਕੇ ਮਰੀਜ਼ਾਂ 'ਤੇ ਲੰਗਰ ਲਾਉਂਦਾ ਸੀ ਧੀਆਂ ਭੈਣਾਂ ਦੀ ਗੱਲ ਕਰਦਾ ਸੀ ਅਣਖੀਆ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੁੰਨੀਆਂ ਨੇ ਗੱਲਾਂ ਕਰਨ ਵਾਲਾ ਅਣਖ ਦੇ ਵਿੱਚ ਖੁੱਚ ਹੋਇਆ ਇਹਨਾਂ ਤੋਂ ਚੱਲਿਆ ਨਹੀਂ ਗਿਆ ਇੱਕ ਵੀ ਸ਼ਬਦ ਉਹਦਾ ਅੱਜ ਤੱਕ ਕਿਸੇ ਬੱਚੀ ਦੇ ਸਰੀਰ ਦੀ ਗੱਲ ਕਰਦਾ ਹੋਵੇ ਉਹਦੇ ਨੈ ਨਕਸ਼ ਦੀ ਗੱਲ ਕਰਦਾ ਹੋਵੇ ਮੈਂ ਤੁਹਾਡੇ 'ਤੇ ਜਵਾਬ ਦੇ ਇਸ ਗੱਲ ਦਾ ਉਹਨੇ ਆਪਣੇ ਖਿੱਤੇ ਦੀ ਗੱਲ ਕਰੀ ਆਪਣੇ ਇਲਾਕੇ ਦੀ ਗੱਲ ਕੀਤੀ ਆਪਣਾ ਪਛੜਿਆ ਹੋਇਆ ਦਾਗ ਧੋਣ ਦੀ ਗੱਲ ਕੀਤੀ ਇਸੇ ਕਰਕੇ ਉਹਦੀ ਮੌਤ 'ਤੇ ਘਾਟ ਉਤਾਰ ਦਿੱਤਾ ਉਹ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜਾਮ ਬਹੁਤ ਲੰਬਾ ਲੱਗ ਗਿਆ ਮੈਂ 2 ਮਿੰਟ ਹੀ ਲਾਊਂਗਾ ਤੁਹਾਡੇ ਮੇਰੀ ਇੱਕੋ ਬੇਨਤੀ ਮੰਨਿਓ ਜਿਹਨੂੰ ਮਰਜ਼ੀ ਵੋਟ ਪਾ ਲਿਓ ਪਰ ਐਤਕੀ ਝਾੜੂ ਦੀ ਚੀਕ ਮਰਵਾ ਦਿਓ ਬਾਕੀ ਕਾਫੀ ਪਾਰਟੀਆਂ ਦੇ ਬੜੇ ਕਾਬਲ ਉਮੀਦਵਾਰ ਤੁਹਾਡੇ ਸਾਹਮਣੇ ਆ ਤੁਹਾਡੇ ਕੋਲ ਚੂਜ਼ ਕਰ ਸਕਦੇ ਹੋ ਫਿਰ ਵੀ ਕੋਈ ਤੁਹਾਡੇ ਹਿਸਾਬ 'ਚ ਨਾ ਆਵੇ ਤਾਂ ਤੁਹਾਡੇ ਕੋਲ ਕੋਈ ਨੋਟਾ ਸੌਂ ਵੀ ਹੈਗਾ ਨੋਟਾ ਵਟਾ ਨਾ ਹਿਸਾਬ 'ਚ ਆਵੀ ਤਾਂ ਫਿਰ ਉਧਰ ਨੂੰ ਦੱਬ ਦਿਓ ਥੈਂਕ ਯੂ ਮੈਨੂੰ ਤੁਹਾਡੇ ਤੇ ਸਿੱਧੂ ਮੂਸੇਵਾਲਾ ਮੈਨੂੰ ਆਪਣਾ ਪੁੱਤ ਖੋਣ ਦਾ ਜੇ ਕੋਈ ਮਾੜਾ ਮੋਟਾ ਮਲਾਲ ਹੈ ਤਾਂ ਮੈਨੂੰ ਤੁਹਾਡੇ ਤੋਂ ਦੇਖ ਕੇ ਉੱਤੋਂ ਦੀ ਪੂਰਤੀ ਹੁੰਦੀ ਹੈ ਮੈਂ ਤੁਹਾਨੂੰ ਆਪਣੇ ਪੁੱਤ ਹੀ ਮੰਨਦਾ ਇਸੇ ਭਰੋਸੇ ਦਾ ਹੀ ਤੁਹਾਡੇ ਦਰਮਿਆਨ ਆਇਆ ਅਜੇ ਮੁੱਕਿਆ ਨੀ ਇਹਦੀ ਇੱਕ ਬੇਨਤੀ ਹੈ ਕਬੂਲ ਕਰੋ ਭੀੜ ਬਹੁਤ ਹੈ ਜਾਮ ਬਹੁਤ ਦੂਰ ਤੱਕ ਲੱਗ ਗਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਲਵਜੂ ਸਿੱਧੂ ਬਾਪੂ ਫੋਟੋ ਤਾਂ ਹੀ ਕਰਾ ਦਿਆ ਆਹ ਗੱਡੀ ਫੋਰ ਸਾਈਡ ਹੋ ਜਾਓ ਸਾਈਡ ਹੋ ਜਾਓ ਸਾਈਡ ਹੋ ਜਾਓ ਵੀਰੇ ਸਾਈਡ ਹੋ ਜਾਓ
ਆਇਆ।